ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ, ਤੇ ਤੁਸੀਂ ਦੇਖਦੇ ਪਏ ਸਾਡਾ ਦੇਸ਼ ਪੰਜਾਬ ਟੀਵੀ। ਜਿਵੇਂ ਕਿ ਤੁਹਾਡਾ ਵੀਰ ਰੋਜ਼ ਤੁਹਾਡੇ ਲਈ ਕੋਸ਼ਿਸ਼ਾਂ ਕਰਦਾ, ਸੋਹਣੇ ਜਾਨਵਰ, ਨਯਾਬ ਜਾਨਵਰ, ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵੇ। ਜਨਾਬ, ਹੁਣ ਮੈਂ ਲੈ ਕੇ ਆਇਆ ਆਸਟ੍ਰੇਲੀਅਨ ਗਾਂ ਹੈ ਜਨਾਬ, ਦੂਸਰੇ ਸੂਏ, ਅਤੇ ਜਨਾਬ ਮਗਰ ਇਹਦੇ ਬੱਚੀ ਹੈ, ਅਤੇ ਮੈਂ ਵੀਰਾਂ ਲਈ ਲੈ ਕੇ ਇਹ ਵੀਡੀਓ ਹਾਜ਼ਰ ਹੋਇਆ। ਮੈਂ ਉਮੀਦ ਕਰਨਾ ਤੁਹਾਨੂੰ ਪਸੰਦ ਆਏਗੀ। ਅਗਰ ਤੁਹਾਡੇ ਵੀਰ ਦੀ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਇਹਦਾ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਕਰੋ, ਨਾਲ ਬੈਲ ਕੋਨ ਦਾ ਬਟਨ ਨੂੰ ਜ਼ਰੂਰ ਦਬਾਇਆ ਕਰੋ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਆਸਾਨੀ ਪਹੁੰਚ ਸਕੇ। ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਲਾ ਕੇ ਤੁਹਾਨੂੰ ਦਿਖਾਏਗਾ। ਇਹ ਮੇਰੇ ਕੈਮਰੇ ਦੀ ਨਜ਼ਰ ਦੇ ਅੱਗੇ ਮੇਰੇ ਵੀਰ ਜਿਹੜੀ ਵੀ ਚੀਜ਼ ਹੈ ਮੇਰੇ ਵੀਰਾਂ ਦੇ ਸਾਹਮਣੇ ਕੈਮਰੇ ਦੀ ਅੱਖ ਦੇ ਅੱਗੇ ਤੁਹਾਨੂੰ ਕੈਮਰਾਮੈਨ ਸਾਹਿਬ ਤਸੱਲੀ ਕਰਕੇ ਵਿਖਾਣਗੇ, ਅਤੇ ਚੁੱਪੀ ਖੜੀ ਕਹਾਂ ਜੀ, ਅਤੇ ਬਾਕੀ ਗੱਲਾਂ ਕਰਾਂਗੇ ਜਨਾਬ ਵੀਰਾਂ ਨਾਲ, ਜਿਹਦੇ ਜਿਹੜੇ ਵੀਰ ਨੇ ਲੈਣੀ ਹੋਈ ਉਦੋਂ। ਇਹ ਸਾਰੀ ਚੀਜ਼ ਦਾ ਵਿਊ ਕੈਮਰੇ ਦੀ ਨਜ਼ਰ ਦੇ ਅੱਗੇ, ਅਤੇ ਇਹਦੇ ਮਗਰ ਜਿਹੜੀ ਵੱਛੀ ਤੁਹਾਨੂੰ ਉਹ ਵੀ ਕੈਮਰਾਮੈਨ ਸਾਹਿਬ ਵਿਖਾਣਗੇ, ਥਣ ਮੁੱਠ ਭਾਰੇ। ਸਾਰੀਆਂ ਗੱਲਾਂ ਮੇਰੇ ਵੀਰਾਂ ਦੇ ਸਾਹਮਣੇ, ਅਤੇ ਡੱਬੇ ਰੰਗ 'ਚ ਉਹ ਤੁਹਾਨੂੰ ਦਿਖਦੀ ਪਈ ਹੈ। ਦੁੱਧ ਕਿੰਨਾ ਕਿੰਨੇ ਦਿਨਾਂ ਦੀ ਸੂਈ ਹੈ ਮੈਂ ਮਾਲਕ ਤੋਂ ਪੁੱਛਾਂਗਾ, ਅਤੇ ਇਹਦੇ ਮਗਰ ਆ ਕੀ ਜੀ ਵੱਛੀ ਹੈ ਚਾਚਾ ਜੀ? ਵੱਛੀ ਜੀ, ਕੈਮਰਾਮੈਨ ਸਾਹਿਬ ਪਿੱਛੇ ਥੋੜੀ ਲਾ ਕੇ ਵਿਖਾਓ। ਚਾਚਾ ਸਲੋ ਟੋਰੋ, ਤੁਸੀਂ ਪਜੇਲ ਜਾਂਦੇ ਜਿਵੇਂ ਆਪਾਂ ਇਹਨੂੰ ਨਮੈਸ਼ ਚਲ ਜਾਣਾ, ਬੰਨ ਦਿਓ। ਇਹ ਜੀ ਮਗਰ ਇਹਦੀ ਵੱਛੀ ਹੈ ਮੇਰੇ ਭਰਾ ਦੇ, ਇਹਦੇ ਵੱਛੀ ਵੀ ਆਸਟ੍ਰੇਲੀਅਨ ਹੈ, ਬੜੀ ਖੂਬਸੂਰਤ ਡੱਬੇ ਰੰਗ 'ਚ ਹੈ ਵੱਛੀ ਵੀ। ਬਾਕੀ ਕਰਾਂਗੇ ਮੈਂ ਚਾਚੇ ਨਾਲ ਗੱਲਾਂ ਮਾਲਕ ਨਾਲ, ਅਤੇ ਮੇਰੇ ਵੀਰਾਂ ਦੇ ਸਾਹਮਣੇ ਹੋਏਗੀ ਗਾਂ ਹਰ ਚੀਜ਼ ਦੇਖ ਲਈ। ਚਾਚਾ ਜੀ ਆਜੋ ਨਾ, ਆਜੋ ਰਾਜ ਜੀ। ਜਨਾਬ ਚਾਚਾ ਜੀ, ਜਿਹੜੀ ਗੱਲ ਸੋਹਣੀ ਤੇ ਸੁਥਰੀ ਤੇ ਹਰ ਗੱਲ ਮੈਂ ਤੁਹਾਨੂੰ ਪਹਿਲੇ ਕਿਹਾ ਖਰੀ ਕਰਨੀ ਹੈ। ਜਨਾਬ ਚਾਚਾ ਜੀ, ਇਹਦਾ ਦੁੱਧ ਦੱਸੋ ਕਿੰਨੇ ਦਿਨਾਂ ਦੀ ਚੁਈ? ਇਹ ਜਨਾਬ 7-8 ਲੀਟਰ ਦੁੱਧ ਦੇ ਰਹੀ ਇੱਕ ਟਾਈਮ ਦਾ। ਇੱਕ ਟਾਈਮ ਦਾ 7-8 ਲੀਟਰ? 6 ਲੀਟਰ ਪੱਕਾ? ਪੱਕਾ 6 ਉਹ ਗੱਲ ਕਰਨੀ ਜਿਹੜੀ। ਹਾਂਜੀ ਹਾਂਜੀ, 12 ਲੀਟਰ ਪੱਕਾ ਕਿ ਦੇ ਰਹੀ ਹੈ ਪੱਕਾ? ਹਾਂਜੀ 12 ਲੀਟਰ। ਤੇ ਬੱਚੇ ਨੂੰ ਕਿੰਨਾ ਛੱਡਣਾ? ਬੱਚੇ ਨੂੰ 1.5 ਥਾਂ, ਇੱਕ ਥਾਂ ਛੱਡ ਕੇ ਤੂੰ 3-4 ਆਦੀ ਤੇ 6 ਲੀਟਰ ਦੇ ਦੀ ਇੱਕ ਵਾਰੀ। ਹਾਂਜੀ 12 ਲੀਟਰ ਦੁੱਧ ਕਰੇ ਜੇ ਸਾਡੀ ਗਾਂ ਸਾਨੂੰ ਇੱਕ ਵਾਰੀ ਇਹ ਦੇ ਦੀ, ਇਹ ਨਾਲ ਸਾਨੂੰ ਗੱਲਾਂ ਸੁਣਾ ਕੇ ਆਪਾਂ ਇੰਨਾ। ਨਹੀਂ ਨਹੀਂ ਨਹੀਂ, ਗੱਲਾਂ ਸੁਣਾ ਕੇ ਨਹੀਂ, ਇੱਕ ਗੱਲ ਚਾਚਾ ਕਰਨੀ ਹੈ। 1.5 ਥਾਂ, 2 ਥਾਂ, ਇੱਕ ਗੱਲ ਕਰਨੀ, 1 ਥਾਂ ਤੂੰ ਜ਼ਿਆਦਾ ਛੱਡਿਓ, 1.5 ਛੱਡਿਓ। ਨਹੀਂ ਤੂੰ 1 ਥਾਂ ਚੁਆ ਦੇ, ਠੀਕ ਹੋ ਗਿਆ, ਸੱਜਰ ਹੈ। ਹਾਂਜੀ, ਤੇ ਜਨਾਬ ਲਈ 6 ਲੀਟਰ ਜਿਹੜਾ ਮੇਰਾ ਵੀਰ ਲਵੇਗਾ, 6 ਲੀਟਰ ਇੱਕ ਡੰਗ ਦਾ ਚੁਆਵੇਂਗਾ? ਬਿਲਕੁਲ ਚੁਆਵਾਂਗੇ। ਸੂਈ ਕਿੰਨੇ ਦਿਨਾਂ ਦੀ? 3 ਦਿਨਾਂ ਦੀ ਜੀ। 3 ਦਿਨਾਂ ਦੀ? ਹਾਂਜੀ। ਤੇ ਜਨਾਬ ਲਈ ਬੋਲੇ ਤੋਂ ਅਗਾਂਹ ਦੁੱਧ ਕਰੇਗੀ? ਹਾਂਜੀ ਹਾਂਜੀ ਹਾਂਜੀ, ਬੋਲੇ ਤੋਂ ਅੱਗੇ ਦੁੱਧ ਬਹੁਤ ਕਰੇਗੀ। 20 ਲੀਟਰ? 20 ਲੀਟਰ ਕਰੇਗੀ। 20 ਨਹੀਂ, ਚਲੋ 18 ਹੀ ਕਰੇਗੀ, ਗਾਂ ਦੇ ਮੂੰਹ 'ਤੇ 18 ਪੈਂਦਾ, 20 ਨਹੀਂ, ਅਸੀਂ ਆਪਦੇ ਵੀਰ, ਕਿਉਂਕਿ ਝੂਠ ਜਿਹੜਾ ਗਲਤ ਹੁੰਦਾ, ਅਸੀਂ 20 ਆ ਦੀ 30 ਆ ਦੀ ਝੂਠ ਝੂਠ ਹੈਗਾ, ਜਾ ਕੇ ਕੱਲ ਨੂੰ ਨਹੀਂ ਅਗਲੇ ਸੂਏ ਮੇਰੇ ਕੋਲ ਮਾਰ ਕੇ ਸਾਨੂੰ 18 ਲੀਟਰ ਦੁੱਧ ਦਿੰਦੀ ਰਹੀ। ਬਸ 18 ਉਹ ਹੀ ਦੱਸਣਾ ਜਿਹੜੀ ਅਗਲੇ ਸੂਏ ਦਿੰਦੀ ਰਹੀ, ਆਪਾਂ ਬਾਅਦ ਨਹੀਂ ਦੱਸਣਾ, ਜੋ ਆਪਾਂ ਚੋਇਆ ਆਪਾਂ ਉਹ ਦੱਸਣਾ, ਬਾਅਦ ਤਾਂ ਅੱਲਾਹ ਤਾਲਾ ਨੇ ਕਰਨਾ, ਨਾ ਆਪਾਂ ਕਰਨਾ, ਜੇ ਜਾ ਪਾਵੇਗਾ ਕੋਈ ਉਹ ਜਿਹਾ ਵੀਰ ਲੈ ਲਏਗਾ। ਤੇ ਚਾਚਾ ਜੀ ਇਹਦਾ ਰੇਟ ਕਿਹੜਾ ਮਕੂਲ ਜਿਹਾ? ਇਹ ਆਣਾ ਪੱਕਾ ਰੇਟ ਇਹਦਾ 1-1.5 ਲੱਖ ਰੁਪਈਆ ਲੈਣਾ। ਨਹੀਂ ਚਾਚਾ, ਜ਼ਿਆਦਾ ਨਹੀਂ, ਚਲੋ 1,40,000 ਤੋਂ ਕੰਮ ਨਹੀਂ ਤੇਰੇ ਵਾਸਤੇ ਰੇਟ। ਅੱਛਾ, ਪੱਕਾ ਫਾਈਨਲ 100 ਵੀ ਨਹੀਂ ਛੱਡਣਾ? ਅੱਛਾ ਜੀ, ਮੋਰੇ ਵਾਲਾ ਵੀ ਜਿਹਨੂੰ ਆਪਾਂ, ਨਾ ਨਾ 1-4 ਵੀ ਨਹੀਂ ਛੱਡਣੀ, ਉਹ ਤੇਰੇ ਵਾਸਤੇ, ਨਹੀਂ ਤਾਂ ਬਾਕੀ ਦਾ ਅਸੀਂ 2 ਲੱਖ ਰੁਪਈਆ ਮੰਗ। ਠੀਕ ਹੈ ਜੀ ਵੀਰੋ, ਰੇਟ ਸੁਣ ਲਿਆ ਮਾਲਕ ਨੇ ਜਨਾਬੇ, 1.5 ਲੱਖ ਵੀਰੋ ਰੇਟ ਕੀਤਾ ਸੀ ਮੇਰੇ ਭਰਾਵਾਂ ਨੂੰ, ਤੇ ਜਨਾਬ ਉਹਨੇ ਫਾਈਨਲ ਰੇਟ ਕਰ ਦਿੱਤਾ 1,40,000। ਉਹਨੇ ਕਿਹਾ ਉਹਦੇ 'ਚ ਮੈਂ ਮੋਰੇ ਵਾਲਾ ਰੁਪਈਆ ਵੀ ਕੋਈ ਵੀਰ ਆ ਕੇਗਾ, ਮੈਂ ਜਨਾਬੇ ਲਈ ਨਹੀਂ ਛੱਡਣਾ, ਤੇ ਉਹਨੇ ਕਿਹਾ ਇਹ ਮੇਰਾ ਫਾਈਨਲ ਰੇਟ ਹੈ। ਤੇ ਇਨਸ਼ਾਅੱਲਾ ਤਾਲਾ ਅਸੀਂ ਇਹ ਨਹੀਂ ਕਿ ਭਾਈ ਮੁੱਲ ਬਹੁਤ ਜ਼ਿਆਦਾ ਕਰਵਾਈਏ ਅਤੇ ਬਾਅਦ 'ਚੋਂ ਥੱਲੇ ਆਈਏ, ਅਸੀਂ ਰੇਟ ਪਹਿਲੇ ਮਕੂਲ ਕਰਾਉਂਦੇ ਹਾਂ। ਉਹ ਸਿਆਣੇ ਕਹਿੰਦੇ ਦੁਕਾਨ ਤੋਂ ਬਾਹਰ ਲਿਖਿਆ ਹੁੰਦਾ ਫਿਕਸ ਰੇਟ, ਇਨਸ਼ਾਅੱਲਾ ਤਾਲਾ ਸਾਡਾ ਕੰਮ ਫਿਕਸ ਰੇਟ ਵਾਲੇ ਹੋਵੇਗਾ, ਅਤੇ ਚੀਜ਼ ਜਨਾਬੇ ਲਈ ਜਿਹੜੀ ਕਰਾਂਗੇ ਤੁਹਾਨੂੰ ਪਸੰਦ ਵੀ ਆਵੇਗੀ, ਅਤੇ ਉਮੀਦ ਕਰਦੇ ਹਾਂ ਜਨਾਬ ਇਹ ਨਹੀਂ ਕਿ ਤੁਹਾਨੂੰ ਜਨਾਬੇ ਲਈ ਇਹਦਾ 2 ਲੱਖ ਮੁੱਲ ਕਰਾ ਦਈਏ ਅਤੇ ਜਨਾਬ ਬਾਅਦ 'ਚੋਂ ਤੁਹਾਨੂੰ ਇਹ ਦੇ ਦਿਆ 1,40,000 'ਚ, ਅਤੇ ਜਨਾਬੇ ਲਈ ਇਹਨੇ ਨਹੀਂ, ਗੱਲ ਜਿਹੜੀ ਪਹਿਲੇ ਹੋਵੇਗੀ ਉਹ ਇਨਸ਼ਾਅੱਲਾ ਤਾਲਾ ਬਾਅਦ 'ਚ ਹੋਏਗੀ। ਮਾਲਕ ਦੇ ਲਫ਼ਜ਼ ਹੀ ਤੁਸੀਂ ਸੁਣ ਲਿਆ, ਉਹਨੇ ਕਿਹਾ ਮੈਂ 1 ਰੁਪਈਆ ਮੋਰੇ ਵਾਲਾ ਵੀ ਨਹੀਂ ਛੱਡਾਂਗਾ। ਅਤੇ ਜਨਾਬ ਲੈਣੇ ਦੇਣ ਨਸੀਬ, ਜਿਸ ਮੇਰੇ ਵੀਰ ਨੂੰ ਪਸੰਦ ਆਵੇ ਸਾਡੇ ਨਾਲ ਰਾਬਤਾ ਕਰ ਸਕਦਾ, ਸਾਡਾ ਵਟਸਐਪ ਨੰਬਰ ਲੈ ਸਕਦਾ ਜਨਾਬ ਲਈ, ਸਾਡਾ ਵਟਸਐਪ ਨੰਬਰ ਹੈ 0302-4029-6995, ਇਹੀ ਸਾਡਾ ਰਾਬਤਾ ਨੰਬਰ ਹੈ। ਅਤੇ ਜਿਸ ਮੇਰੇ ਵੀਰ ਨੂੰ ਪਸੰਦ ਆਵੇ ਜਨਾਬ ਜ਼ਰੂਰ ਸਾਡੇ ਨਾਲ ਰਾਬਤਾ ਕਰੇ, ਅਤੇ ਜਨਾਬ ਲਈ ਰਾਬਤਾ ਕਰੇਗਾ ਤੁਹਾਨੂੰ ਲੈ ਸਕਦਾ, ਵਰਨਾ ਜਨਾਬ ਲਈ ਜਿੱਥੇ ਨਸੀਬ ਹੁੰਦੇ ਉੱਥੇ ਜਾਏਗੀ। ਅਤੇ ਆਪਦੇ ਭਰਾ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।